अज जिहड़ा साढ़े सिटी वाइस प्रैजीडेंट दे घर ते जिहड़ा रात गोलियां मार के हमला किया गया, मैं उहदी निखेधी करना। ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਵੀ ਇਹਨਾਂ ਦੇ ਦਰਵਾਜ਼ੇ ਦੇ ਕਿਸੇ ਫਾਇਰ ਕੀਤੇ ਨੇ ਰਾਤ 2 ਵਜੇ ਤੇ ਉਹ ਆ ਕੇ ਮੌਕਾ ਦੇਖਿਆ ਸੀ। स्वागत है जी, तुसी देख रहे हो न्यूज़ पंजाब दी चैनल। बटाला दे आनंद विहार कलोनी विच कुछ अनुसाते लोगों वल्लों शिवसेना हिंदुस्तान सिटी प्रधान जितेंद्र कुमार दे घर दे गेट उत्ते चलाईयां गईयां गोलियां, जिस दी घटना CCTV कैमरे विच हुई कैद। पीड़ित जितेंद्र कुमार ने जानकारी दिंदे हुए दस्सिया कि देर रात नूं कुछ लोगों वल्लों उन्हां दे घर दे गेट उत्ते गोलियां चलाईयां गईयां, पर कोई जानी मानी नुकसान नहीं होया। पर यह समझ नहीं आ रही कि किस वल्लों अते क्यों गोलियां चलाईयां गईयां हन। उन्होंने कहा कि मेरी किसी नाल कोई दुश्मनी नहीं है। उन्होंने मंग की है कि मैनू जल्द तो जल्द इंसाफ दवाया जाए और दोषियों नू गिरफ्तार किया जाए। इस मौके जांच अधिकारियों का कहना सी कि जितेंद्र कुमार के घर दे गोली चली है, जिसकी घटना मिलते मौके पर असीं पहुंचे हां, जल्द ही दोषियों नू गिरफ्तार कर लिया जाएगा। बटाला तो लवप्रीत सिंह खुशीपुर के नाल सहयोगी राजविंदर सिंह की खास रिपोर्ट। ਸੰਗਠਨ ਮੰਤਰੀ ਪੰਜਾਬ ਸ਼ਿਵ ਸੈਨਾ ਹਿੰਦੁਸਤਾਨ ਤੋਂ ਅੱਜ ਜਿਹੜਾ ਸਾਡੇ ਸਿਟੀ ਵਾਈਸ ਪ੍ਰੈਜੀਡੈਂਟ ਦੇ ਘਰ 'ਤੇ ਜਿਹੜਾ ਰਾਤ ਗੋਲੀਆਂ ਮਾਰ ਕੇ ਹਮਲਾ ਕੀਤਾ ਗਿਆ, ਮੈਂ ਉਹਦੀ ਨਿਖੇਧੀ ਕਰਨਾ। ਅਤੇ ਜਿਹੜਾ ਅੱਜ ਤੋਂ ਪਿੱਛੇ ਵੀ ਕਾਫੀ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਬਟਾਲੇ ਦੇ ਵਿੱਚ ਜਿਹੜਾ ਵਾ ਗੋਲੀ ਦੀ ਵਾਰਦਾਤ ਇੱਕ ਆਮ ਗੱਲ ਹੋ ਗਈ ਹੈ। ਸਭ ਤੋਂ ਪਹਿਲਾਂ ਜਿਹੜਾ ਵਾ ਸਵੇਰ ਦੇ ਫੋਨ ਕਰਨ ਤੋਂ ਬਾਅਦ ਜਿਹੜਾ ਵਾ 2.5 ਘੰਟੇ ਬਾਅਦ ਪੁਲਿਸ ਨੇ ਆਪਣਾ ਆਉਣਾ ਜ਼ਰੂਰੀ ਸਮਝਿਆ, ਜਿਹੜਾ ਕਿ ਉਹ ਸਭ ਤੋਂ ਮਾੜੀ ਗੱਲ ਹੈ। ਅਤੇ ਜਿਹੜਾ ਪੁਲਿਸ ਨੂੰ ਟਾਲ ਮਟੋਲ ਦੀ ਨਿਗ੍ਹਾ ਨਾਲ ਇਹ ਚੀਜ਼ ਨੂੰ ਵੇਖਣ ਲਈ ਜੋ ਮਹਿਸੂਸ ਮੈਂ ਕੀਤਾ, ਇਸ ਕਰਕੇ ਸ਼ਿਵ ਸੈਨਾ ਹਿੰਦੁਸਤਾਨ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਇਹ ਕੋਈ ਨਪੁੰਸਕ ਲੋਕਾਂ ਦੀ ਪਾਰਟੀ ਨਹੀਂ ਹੈ ਜਾਂ ਨਪੁੰਸਕ ਲੋਕਾਂ ਦੀ ਜਮਾਤ ਨਹੀਂ ਹੈ ਕਿ ਜਿਹੜਾ ਕਿ ਆਪਾਂ ਚੁੱਪ ਕਰਕੇ ਬੈਠ ਜਾਵਾਂਗੇ। 4-5 ਦਿਨ ਦਾ ਆਪਾਂ ਟਾਈਮ ਦਿੰਦੇ ਹਾਂ, ਜੇ 5 ਦਿਨਾਂ 'ਚ ਟਰੇਸ ਕਰੇਗੀ ਪੁਲਿਸ ਠੀਕ ਆ, ਨਹੀਂ ਤਾਂ SSP ਦਫ਼ਤਰ ਦੇ ਅੱਗੇ ਬਹਿ ਕੇ ਪਿੱਟ 'ਚ ਆਪਾਂ ਕਰਾਂਗੇ ਪੁਲਿਸ ਦਾ ਪੂਰਾ ਟਕਾ ਕੇ। ਸ਼ਿਵ ਸੈਨਾ ਪ੍ਰਧਾਨ ਸਿਟੀ ਵਾਈਸ ਪ੍ਰੈਜੀਡੈਂਟ, ਮੇਰੇ ਰਾਤ ਘਰ ਗੋਲੀਆਂ ਚੱਲੀਆਂ ਰਾਤ 2 ਵਜੇ, ਅਤੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਨਾ ਕਿ ਮੈਨੂੰ ਇਨਸਾਫ ਦਿੱਤਾ ਜਾਏ। ਤੁਹਾਨੂੰ ਕਿਸੇ 'ਤੇ ਸ਼ੱਕ ਹੈ ਜੀ? ਮੈਨੂੰ ਸ਼ੱਕ ਕਿਸੇ 'ਤੇ ਨਹੀਂ ਹੈਗਾ ਜੀ। ਕੋਈ ਪੁਰਾਣੀ ਰੰਜਿਸ਼? ਨਾ ਮੇਰੀ ਰੰਜਿਸ਼ ਕਿਸੇ ਨਾਲ, ਨਾ ਮੇਰੀ ਕੋਈ ਦੁਸ਼ਮਣੀ, ਨਾ ਕੋਈ ਗੱਲ ਨਹੀਂ ਜੀ। ਠੀਕ। ਇਹ ਨਿਊ ਨੰਦਵਾਰ ਦਾ ਇਲਾਕਾ ਹੈ, ਇੱਥੇ ਮਿਸਟਰ ਜਤਿੰਦਰ ਕੁਮਾਰ ਜੀ ਰਹਿੰਦੇ ਨੇ। ਅਤੇ ਸਾਨੂੰ ਇਨਫੋਰਮੇਸ਼ਨ ਮਿਲੀ ਅੱਜ ਵੀ ਇਹਨਾਂ ਦੇ ਦਰਵਾਜ਼ੇ 'ਤੇ ਕਿਸੇ ਨੇ ਫਾਇਰ ਕੀਤੇ ਨੇ ਰਾਤ 2 ਵਜੇ, ਉਹ ਆ ਕੇ ਮੌਕਾ ਦੇਖਿਆ ਸੀ। ਨਾਲ ਦੇ ਘਰ 'ਚ CCTV ਕੈਮਰਾ ਉਹਨੂੰ ਚੈੱਕ ਕੀਤਾ, ਹੋਰ ਵੀ ਕੈਮਰੇ ਅੱਗੇ ਚੈੱਕ ਕੀਤੇ ਗਏ। ਇਹ ਨਜ਼ਰ ਆ ਰਿਹਾ ਵੀ 2 ਬੰਦੇ ਰਾਤ ਨੂੰ ਐਕਟਿਵਾ ਸਕੂਟਰੀ 'ਤੇ ਆਏ ਆ, ਅਤੇ ਜਿਨ੍ਹਾਂ ਨੇ 3 ਫਾਇਰ ਕੀਤੇ ਆ, ਅਤੇ ਅਸੀਂ ਇਹਨਾਂ ਦੀ ਕੰਪਲੇਂਟ ਲੈ ਲਈ ਹੈ। ਵੈਰੀਫਾਈ ਕਰਕੇ ਸਾਰੀ ਜੋ ਕਾਰਵਾਈ ਬੰਦ ਕਰ ਦਿੱਤੀ। ਹੁਣ ਨਹੀਂ ਕਹਿ ਸਕਦੇ ਕਿਉਂਕਿ ਮੈਨੂੰ 3 ਦਿਨ ਜੁਆਇਨ ਕੀਤੇ ਨੂੰ ਹੋਏ ਆ, ਔਰ ਡੇਲੀ ਮੈਂ ਖੁਦ ਸੜਕਾਂ 'ਤੇ ਰਹਿੰਦਾ ਰਾਤ ਨੂੰ 10-11 ਵਜੇ ਤੱਕ। ਅਤੇ ਜਿਹੜੇ ਸਾਡੇ PCR ਆ, ਉਹ ਗੱਡੀਆਂ ਪੈਟਰੋਲਿੰਗ ਵਾਲੀਆਂ ਨਾਕਿਆਂ 'ਤੇ ਸਾਰਿਆਂ ਨੂੰ ਅਲਰਟ ਵੀ ਕੀਤਾ ਜਾਂਦਾ। ਇਸ ਤੋਂ ਇਲਾਵਾ ਅਸੀਂ ਹੁਣ ਵੈਪਨ ਜਮ੍ਹਾਂ ਵੀ ਕਰ ਰਹੇ ਹਾਂ ਸਾਰਿਆਂ ਦੇ, ਤਕਰੀਬਨ ਸਾਡੇ 50% ਵੈਪਨ ਜਮ੍ਹਾਂ ਹੋ ਗਏ ਆ।